کرو تین गुज्जर साहब सदर रेसलिंग फेडरेशन पाकिस्तान चौथी पहलवान जो है सिर्फ पहलवान आएगा अखाड़े में बकाया पब्लिक पीछे ही रहेगी हाय आशिर अलफजाय तो दुआ पार्टियां नु कुश्ती बिल्कुल साफ होएगी दोहा पार्टियां नु अपील है विच कोई ना आवे ਕਿਸੇ ਦਾ ਬਨਾਈਏ ਕੋਈ ਨਾਵੇ ਦੂਹਾਂ ਦੇ ਗੁਰੂ ਕਾਸ਼ਟੇ ਮਿਹਰਬਾਨੀ ਕਰੇ ਸੋ ਇਹ ਆਸਮ ਮੋਸੀ ਦੋਨੋ ਪਹਿਲਵਾਨੋ ਕੇ ਸਾਥ ਜੋ ਵੀ ਆਏ ਹੋਏ ਲੋਕ ਹੁਣ ਸੇ ਗੁਜ਼ਾਰਿਸ਼ ਹੈ ਕਿ ਜਬ ਤੱਕ ਕੁਸ਼ਤੀ ਕਾ ਫੈਸਲਾ ਨਹੀਂ ਹੋ ਜਾਤਾ ਕੋਈ ਵੀ ਆਦਮੀ ਜੋ ਹੈ ਉਹ ਅਖਾੜੇ ਕੇ ਪਾਸ ਨਹੀਂ ਆਏਗਾ ਇਹ ਆਸਮ ਮੋਸੀ ਪਹਿਲਵਾਨ ਜਾਂ ਜਾਨੀ ਪਹਿਲਵਾਨ ਜੋ ਜਿਹੜਾ ਵੀ ਜਿੱਤੇਗਾ ਇਹ ਫਤਹ ਪਾਕਿਸਤਾਨ ਦੀ ਫਤਹ ਹੈ ਫਤਹ ਪੰਜਾਬ ਦੀ ਫਤਹ ਹੋਏਗੀ

ਰੋਸਤ ਮੈਂ ਮਲਤਾਨ ਖੜਾ ਕੀਤੀ ਖੜੇ ਇਹ ਹੀ ਵੇ ਆਸਫ ਪਹਿਲਵਾਨ ਮੋਚੀ ਪੱਠਾ ਉਸਤਾਦ ਨਾਦਰ ਖਾਨ ਪਹਿਲਵਾਨ ਪਠਾਨ ਭਤਰੀਜਾ ਮੁਸ਼ਤਾਕ ਖਾਨ ਫੌਜੀ ਗੁਰਮਾਨੀ ਦੂਜੇ ਦਾਤ ਖੜਾ ਕਰ ਜਾਨੀ ਪਹਿਲਵਾਨ ਫਖਰੇ ਪਾਕਿਸਤਾਨ ਪੱਠਾ ਸ਼ਾਹਦ ਪਹਿਲਵਾਨ ਆਟੇ ਵਾਲਾ ਰੁਸਤ ਮੈਂ ਪਾਕਿਸਤਾਨ ਸੇਦਾਰ ਦੀ ਅਵਾਰਡ ਯਾਫਤਾ परफॉर्मेंस पहलवान गुजरा वाला मारका मैं को एक ताड़ी नहीं तार सुनवा पूरी रियासत ही बैठी है ताड़ी सुनवाओ एक मिनट ਸਾਰਿਆਂ ਬੰਦਿਆਂ ਨੂੰ ਮੈਂ ਇੱਕ ਚੀਜ਼ ਇਹਦੇ ਰੂਲ ਦੱਸ ਦੇਣਾ ਚਾਹਨਾ ਹੈ ਕਿ ਜਿਹੜੇ ਅਸੀਂ ਇਸ ਦੇਸੀ ਕੁਸ਼ਤੀ ਦੇ ਰੱਖੇ ਨੇ ਔਰ ਇਹਨਾਂ ਪਹਿਲਵਾਨਾਂ ਨੂੰ ਦੱਸ ਦਿੱਤਾ ਮੁਨਸਫਾ ਨੂੰ ਦੱਸ ਦਿੱਤਾ ਮੁਨਸਫਾ ਮਾਸ਼ਾਅੱਲਾ ਸਾਡੇ ਰੁਸਤਮੇ ਪਾਕਿਸਤਾਨ ਇੰਟਰਨੈਸ਼ਨਲ ਪਹਿਲਵਾਨ ਨੇ ਜਿਹੜੇ ਮੁਨਸਫੀ ਕਰ ਰਹੇ ਨੇ ਠੀਕ ਹੈ ਜੀ 30 ਮਿੰਟ ਕੁਸ਼ਤੀ ਦਾ ਟਾਈਮ ਹੈ 30 ਮਿੰਟ 20 ਮਿੰਟ ਤੱਕ ਅਗਰ ਇਹ ਪਹਿਲਵਾਨ ਇਹਨਾਂ ਦਾ ਫੈਸਲਾ ਨਹੀਂ ਹੁੰਦਾ ਇਹ ਇੱਕ ਦੂਸਰੇ ਨੂੰ ਨਹੀਂ ਢਾਂਦੇ ਤੇ 20 ਮਿੰਟ ਤੋਂ ਬਾਅਦ ਟਾਸ ਕੀਤਾ ਜਾਏਗਾ ਟਾਸ ਕਰਕੇ ਜਿਹੜਾ ਪਹਿਲਵਾਨ ਟਾਸ ਜਿੱਤੇਗਾ ਉਹਨੂੰ ਲੱਕ ਫੜਾਇਆ ਜਾਏਗਾ ਦੂਸਰੇ ਨੂੰ ਥੱਲੇ ਬਿਠਾਇਆ ਜਾਏਗਾ ਔਰ ਉਹਨੂੰ 5 ਮਿੰਟ ਦਿੱਤੇ ਜਾਣਗੇ 5 ਮਿੰਟਾਂ ਬਾਅਦ ਅਗਰ ਉਹ ਕੁਸ਼ਤੀ ਦਾ ਫੈਸਲਾ ਹੋ ਗਿਆ ਤੇ ਠੀਕ ਹੈ ਵਰਨਾ ਦੂਸਰੇ ਪਹਿਲਵਾਨ ਨੂੰ ਬਾਅਦ ਵਿੱਚ ਲੱਕ ਫੜਾਇਆ ਜਾਏਗਾ ਔਰ ਜਿਹੜਾ ਟਾਸ ਜਿੱਤਣ ਵਾਲਾ ਹੈ ਉਹਨੂੰ ਥੱਲੇ ਬਿਠਾਇਆ ਜਾਏਗਾ 5 ਮਿੰਟ ਉਹਨੂੰ ਦਿੱਤੇ ਜਾਣਗੇ ਅਗਰ ਉਹ ਪਹਿਲੇ 2 ਮਿੰਟ ਜਾਂ 3 ਮਿੰਟੇ ਚ ਇੱਕ ਦੂਸਰੇ ਦੇ ਅੱਗੇ ਨਿਕਲ ਜਾਂਦੇ ਨੇ ਤੇ ਦੁਬਾਰਾ ਜਿੰਨਾ ਟਾਈਮ 30 ਮਿੰਟ ਚੋਂ ਬਚਦਾ ਹੈ ਉਹ ਕੁਸ਼ਤੀ ਆਮਣੇ ਸਾਹਮਣੇ ਹੋਏਗੀ ਔਰ ਅਸੀਂ ਇਹ ਰੂਲ ਰੱਖੇ ਨੇ ਕਿ 5 ਮਿੰਟ ਤੱਕ ਇਹ ਦੋਵੇਂ ਪਹਿਲਵਾਨ ਕਿਸ ਇੱਕ ਦੂਸਰੇ ਨੂੰ ਟਾਈਮ ਜ਼ਾਇਆ ਕਰਨ ਵਾਸਤੇ ਮਿੱਟੀ ਨਹੀਂ ਲਾ ਸਕਦੇ ਮੁੰਸਫਾ ਦਾ ਜਿੱਦੋਂ ਦਿਲ ਕਰੇਗਾ ਉਹ ਇਹਨਾਂ ਉੱਤੇ ਮਿੱਟੀ ਲਾਣਗੇ 5 ਮਿੰਟ ਕੁਸ਼ਤੀ ਚੱਲਦੀ ਰਹੇਗੀ 5 ਮਿੰਟ ਤੋਂ ਬਾਅਦ ਅਸੀਂ ਆਪ ਇਹਨਾਂ ਨੂੰ ਕਵਾਂਗੇ ਕਿ ਮਿੱਟੀ ਲਾ ਲਓ ਉਸ ਤੋਂ ਬਾਅਦ ਵੀ ਅਸੀਂ 3-3 ਮਿੰਟ ਦਾ ਜੇ ਅਗਰ ਖੜੀ ਹਾਲਤ ਵਿੱਚ ਕੁਸ਼ਤੀ ਹੋ ਰਹੀ ਹੈ ਅਗਰ ਅੱਗੇ ਫੜ ਲੈਂਦੇ ਨੇ ਇੱਕ ਦੂਸਰੇ ਨੂੰ ਤੇ ਮੁੰਸਫ ਜਿੱਦੋਂ ਮਰਜ਼ੀ ਮਿੱਟੀ ਲਾ ਸਕਦੇ ਨੇ ਉਹਦੇ 'ਚ ਕੋਈ پابੰਦੀ ਨਹੀਂ ਕਿਉਂਕਿ ਉਹਦੇ 'ਚ ਟਾਈਮਸ ਆਇਆ ਨਹੀਂ ਹੁੰਦਾ ਅਸੀਂ ਕੁਸ਼ਤੀ ਬਿਲਕੁਲ ਸਾਫ਼ ਲੈਣੀ ਆ ਤਿੰਨ ਪਹਿਲਵਾਨ ਸਾਡੇ ਮੁੰਸਫ ਨੇ ਤਿੰਨ ਬੰਦਿਆਂ ਦੀ ਬਾਹਰ ਕਮੇਟੀ ਏ ਔਰ ਅਸੀਂ ਅਗਰ ਕੋਈ ਸਾਡਾ ਫੈਸਲਾ ਮਤਲਬ ਕੋਈ ਐਸਾ ਜਿਹੜਾ ਮੰਨਣ ਵਾਲਾ ਨਾ ਹੋਇਆ ਤੇ ਅਸੀਂ ਵੀਡੀਓ ਚਲਾ ਕੇ ਦੇਖਾਂਗੇ ਬਕਾਇਦਾ ਕੈਮਰੇ ਚੱਲ ਰਹੇ ਨੇ ਅਸੀਂ ਉਹਦੇ ਉੱਤੇ ਫੈਸਲਾ ਕਰਾਂਗੇ ਬਰਪੂਰ ਤਾਲੀਆਂ ਹੋਣੀਆਂ ਚਾਹੀਏ ਚੌਧਰੀ ਅਰਸ਼ਦ ਸਰਦਾਰ ਸਾਹਿਬ ਕੇ ਲਿਏ ਬੜੀ ਬੜੀ ਕੁਸ਼ਤੀ ਤੁਹਾਡੇ ਸਾਹਮਣੇ ਵਿੱਚ ਸਾਡਾ ਪੰਜਾਬ ਦਾ ਵਸੇਫ ਕਿਕਾਫ ਕੱਚੀਆਂ ਕੁਲੀਆਂ ਰੇਣ ਘੜੀਆਂ ਚੁੰਨੇ ਗੱਜ ਚ ਹਵੇਲੀਆਂ ਟੈਂਦੀਆਂ ਨੇ ਕਿਤੇ ਮੌਤ ਸੰਜੋਖੜੀ ਪਾਵੇ ਫੇਰੇ ਕਿਤੇ ਮਹਿੰਦੀਆਂ ਲੱਗੀਆਂ ਰਹਿੰਦੀਆਂ ਨੇ ਕਾਲੀ ਰਾਤ ਮੁਸੀਬਤਾਂ ਦੀ ਆਉਂਦੀ ਏ ਓੜਕ ਸਿਰ ਇਨਸਾਨਾਂ ਦੇ ਪੈਂਦੀਆਂ ਨੇ ਵੇਲੇ ਓਖੜੇ ਸੌਖੜੇ ਲੰਘ ਜਾਂਦੇ गल याद प्यारे हैदरी पाकिस्तान जिंदाबाद माशाल्लाह अलाह ज़िंदगी रखे इमरान ख़ान दस्ती अलाह ज़िंदगी रखे इमरान पखियां एजाज़ ख़ान दस्ती शाबश असां चावणीअ कोई लोहेफ़ी अलाह जित के नसीब होसी अलाह ज़िंदगी रखे मेहर कुर्बानी नज़ीर कौड़ा बलोच ਉਸਤਾਦ ਸ਼ੀਦਾ ਸਿਹਾਨੀ ਸ਼ਾਬਾਸ਼ ਸਾਡੇ سعودی ਰਬਤੂ ਅਮੀਰ ਨਵਾਜ਼ ਮੇਤਲਾ ਲਈ ਪ੍ਰੋਗਰਾਮ ਦੇ ਤੇ ਬੈਠੇਨ ਸ਼ਾਨ ਨਵਾਜ਼ ਮੇਤਲਾ ਉਹਨੇ ਕੋ ਵੈਲਕਮ ਆ ਦੇ ਕਮਾਲ ਮਿਹਰਬਾਨੀ ਸ਼ਾਬਾਸ਼ ਨਾਰਾਏ ਤਕਬੀਰ ਨਾਰਾਏ ਰਿਸਾਲਤ ਸਜਾਤ ਤੇ ਕਰਕੇ ਨਾਰਾਏ ਹਾਇਦਰੀ ਮਾਸ਼ਾਅੱਲਾ ਪਾਕਿਸਤਾਨ ਦੀ ਹਿਸਟਰੀ ਦੀ ਸਾਰਿਆਂ ਨਾਲ ਤਗੜੀ ਫਾਈਟ ਹੈ ਮੌਜੂਦਾ ਰੈਸਲਿੰਗ ਦੀ ਬੜੀ ਵੱਡੀ ਫਾਈਟ ਜਾਨੀ ਪਹਿਲਵਾਨ ਫਖਰ-ਏ-ਪਾਕਿਸਤਾਨ ਸਤਾਰੇ ਪਾਕਿਸਤਾਨ ਮੁਕਾਬਲਾ ਆਸਰ ਪਹਿਲਵਾਨ ਮੋਚੀ ਸ਼ੇਰ-ਏ-ਪਾਕਿਸਤਾਨ ਪਾਕਿਸਤਾਨ ਦੀ આન ਪਾਕਿਸਤਾਨ ਦੀ ਸ਼ਾਨ ਦੋਵੇਂ ਪਹਿਲਵਾਨ ਪਾਕਿਸਤਾਨ ਦਾ ਸਰਮਾਇਆ ਨੇ ਅੱਲਾ ਜਿਹਨੂੰ ਇੱਜ਼ਤ ਆ ਕਰੇ ਕਿ ਜਿਹਦੇ ਵਿੱਚ ਐਬ ਕੋਈ ਹੋਵੇ ਕਦੀ ਉਹ ਮਾਲ ਨਹੀਂ ਵਿਕਿਆ ਜਿਦੇ ਵਿੱਚ ਐਬ ਕੋਈ ਹੋਵੇ ਕਦੀ ਉਹ ਮਾਲ ਨਹੀਂ ਵਿਕਿਆ ਸਦਾ ਵਿਕਦੇ ਨੇ ਬਿੱਲ ਜੇ ਕਦੀ ਲਜਪਾਲ ਨਹੀਂ ਵਿਕਿਆ ਜ਼ਮਾਨਾ ਵਿਕ ਗਿਆ ਤਖਤਾਂ ਤੇ ਤਾਜਾਂ ਲਈ ਅਸਗਰ ਜੇ ਨਹੀਂ ਵਿਕਿਆ ਤੇ ਅਲੀ ਦਾ ਲਾਲ ਨਹੀਂ ਵਿਕਿਆ ਨਾਰੇ ਹੈਦਰੀ ਜੀ ਜਾਨੀ ਪਹਿਲਵਾਨ ਬਾ ਮੁਕਾਬਲਾ ਆਸਫ ਮੋਚੀ ਪੈ ਜ਼ਮਾਨਾ ਵਿਕ ਗਿਆ ਤਖਤਾਂ ਤੇ ਤਾਜਾਂ ਲਈ ਅਸਗਰ ਜੇ ਨਹੀਂ ਵਿਕਿਆ ਤੇ ਅਲੀ ਦਾ ਲਾਲ ਨਹੀਂ ਵਿਕਿਆ ਨਾਰਾ ਹਾਜ਼ਰੀ ਜਾਨੀ ਪਹਿਲਵਾਨ ਦੋਹੀਂ ਪੰਜਾਬ ਦੇ ਟੀਸੀ ਦੇ 베ਰ ਮੈਦਾਨ ਦੇ ਵਿੱਚ ਹਾਥੀਆਂ ਦਾ ਕੋਲ ਤਾੜੀ ਚਾਹੀਦੀ ਆ ਤਾੜੀ ਚਾਹੀਦੀ ਜ਼ਰਾ ਤਾੜੀ ਦਲੇਰੀ ਦਾ ਦਿਲ ਖੋਲ ਕੇ ਜਾਨੀ ਪਹਿਲਵਾਨ ਸਦਕੇ ਮੋਚੀ ਪਹਿਲਵਾਨ ਤਜਰਬੇ ਦਾ ਪਹਾੜ ਆਈ ਜਵਾਨੀ ਚੱਲ ਮਸਤਾਨੀ ਨਹੀਂ ਲਕਾਇਆ ਲੁਕਦੀ ਗਿੱਟ ਗਿੱਟ ਪੈਰ ਜ਼ਮੀਨ ਤੋਂ ਉੱਚੇ ਮੋਢਿਆਂ ਉੱਤੋਂ ਥੁੱਕਦੀ ਆਈ ਜਵਾਨੀ ਛੱਲ ਮਸਤਾਨੀ ਨਹੀਂ ਲਕਾਇਆ ਲੁਕਦੀ ਗੇਟ ਟੇ ਗੇਟ ਪੈਰ ਜ਼ਮੀਨ ਤੋਂ ਉੱਚੇ ਮੋੜਿਆਂ ਉਤੋਂ ਥੁੱਕਦੀ ਸਦਕੇ ਸਦਕੇ ਬਿਨਾ ਨਸ਼ੇ ਦੇ ਮਸਤੀ ਕਰਦੀ ਬਿਨਾ ਖੰਗ ਦੇ ਖੰਗਦੀ ਖੁੱਲਾ ਦੁੱਲਾ ਰਸਤਾ ਹੁੰਦਿਆਂ ਖਹਿ ਖਹਿ ਕੇ ਲੰਘਦੀ ਜਵਾਨ ਮੈਦਾਨ ਦੇ ਵਿੱਚ ਇਸ ਟਾਈਮ ਧਰਤੀ ਹਿਲਾਉਂਦੇ ਪਏ ਧਰਤੀ ਹਿਲਾਉਂਦੇ ਪਏ ਪੰਜਾਬ ਦੇ ਸ਼ੇਰ ਪੰਜਾਬ ਦੇ ਸ਼ੇਰ ਬੱਲੇ 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 ਸਦਕੇ ਤਾਦੀ ਚਾਹੀਦੀ ਆ ਤਾੜੀ ਚਾਹੀਦੀ ਡਾਕਟਰ ਆਸਫ ਤਫੈਲ ਸਾਹਿਬ ਨਜ਼ਾਰਾ ਲੈਂਦੇ ਪਏ ਸਦਕੇ ਜ਼ਿੰਦਾਬਾਦ ਚੌਧਰੀ ਮਬੀਨ ਮਤੀਨ ਗੁੱਜਰ ਸਾਹਿਬ ਮਜ਼ਾ ਲੈਂਦੇ ਪਏ ਚੌਧਰੀ ਅਸ਼ਰ ਸਤਾਰ ਜੀ ਵੇਖ ਲਓ ਮੇਲਾ ਵੱਡਾ ਜੋ ਅੱਜ ਪੰਜਾਬੀਆਂ ਦੀਆਂ ਦੁਆਵਾਂ ਰੈਸਲਿੰਗ ਫੈਡਰੇਸ਼ਨ ਦੇ ਨਾਲ ਅੱਜ ਪੰਜਾਬੀਆਂ ਦੇ ਦਿਲ ਜਿੱਤੇ ਨੇ ਸਦਕੇ ਜ਼ਿੰਦਾਬਾਦ ਜਾਨੀ ਪਹਿਲਵਾਨ ਬਾਜੀ ਜਾਨੀ ਪਹਿਲਵਾਨ ਮੋਚੀ ਪਹਿਲਵਾਨ ਆਸਾ ਪਹਿਲਵਾਨ ਥੱਲੇ ਤੇ ਜਾਨੀ ਪਹਿਲਵਾਨ ਉੱਤੇ ਜੀ ਰੁਸਮੇ ਪਾਕਿਸਤਾਨ ਟਾਈਟਲ ਮੁਕਾਬਲਾ ਮਾਸ਼ਾਅੱਲਾ ਬੜੀ ਸੋਹਣੀ ਫਾਈਟ ਫਿਰ ਇੱਕ ਦਫਾ ਮੈਂ ਖਰਾਜੇ ਤਸੀਨ ਪੇਸ਼ ਕਰਾਂਗਾ ਜਨਾਬ ਡਾਇਰੈਕਟਰ ਸਪੋਰਟ ਪੰਜਾਬ ਸਪੋਰਟ ਬੋਰਡ ਜਨਾਬ ਜਦੀਦ ਕੈਸਰ ਸਾਹਿਬ ਨੂੰ ਜਿਨ੍ਹਾਂ ਦੀ ਖਸੂਸੀ ਕਾਬਿਲ ਦੀ ਵਜ੍ਹਾ ਨਾਲ ਅੱਜ ਮੇਲਾ ਲੱਗਾ ਜਨਾਬ ਦੀਦੀ ਸਾਹਿਬ ਡਾਇਰੈਕਟਰ ਜਨਰਲ ਪੰਜਾਬ ਸਪੋਰਟ ਬੋਰਡ ਅੱਜ ਸਟੇਜ ਦੀ ਜ਼ੀਨਤ ਬਣੇ ਨੇ ਇਸ ਨੂੰ ਗੁਜਾਰਿਸ਼ ਕਹਿੰਦੇ ਆ ਚੱਲ ਭਾਈ ਚਾਂਦੀ ਪਹਿਲਵਾਨ ਜੀ ਕਹਿੰਦਾ ਸ਼ੇਰਾਂ ਵਾਂਗਰ ਗੱਜ ਕੇ ਮਿਲਿਆ ਅੱਜ ਮੈਂ ਤੈਨੂੰ ਰੱਜ ਕੇ ਮਿਲਿਆ ਤੇ ਇੱਕ ਇੱਕ ਮਿਲਣਾ ਚੇਤੇ ਕੀਤਾ ਸੀ ਨੇ ਦੇ ਵਿੱਚ ਵੱਜ ਕੇ ਮਿਲਿਆ ਅੱਜ ਮੈਂ ਤੈਨੂੰ ਰੱਜ ਕੇ ਮਿਲਿਆ ਆਸਮੋਚੀ ਆਸਫ ਜਾਨੀ ਪਹਿਲਵਾਨ ਮੁਕਾਬਲਾ ਫੱਟਾ ਰਾਸਤ ਤੇ ਮਗਰੋਂ ਮੁਹੱਬਤ ਵਾਲੇ ਰਾਸਤ ਤੇ ਦਿਲ ਵੀ ਧੱਕ 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 ਧੜਕਦੇ ਪਏ ਨੇ ਸਦਕੇ ਜਿੰਦਾਬਾਦ ਜੀਓ ਆਸਮੋਚੀ ਦਿਲ ਨੂੰ ਸੋਚ ਵਿਚਾਰ ਬੜੇ ਨੇ ਪਿਆਰ ਤੇ ਵਿੱਚ ਹਜ਼ਾਰ ਬੜੇ ਨੇ ਕਿਧਰੇ ਧੋਖਾ ਦੇ ਨਾ ਜਾਵੀ ਤੇਰੇ ਤੇ ਯਤbaar ਬੜੇ ਨੇ ਤੇ ਮੁਸ਼ਕਲ ਪਈ ਤੇ ਖੁੱਲੀਆਂ ਅੱਖਾਂ ਐਵੇਂ ਭੁੱਦ ਸੀ ਯਾਰ ਬੜੇ ਨੇ ਨਾਜ਼ ਹੁਰੀ ਵੇਖਾਗੇ ਧੋਖਾ ਸੁਣਦੇ ਸਣ ਹੁਸ਼ਿਆਰ ਬੜੇ ਨੇ ਆਸਮੋਤੀ ਸਵਾਰੀ ਕੀਤੀ ਹੋਈ ਜਾਨੀ ਪਹਿਲਵਾਨ ਨੇ ਜਾਨੀ ਪਹਿਲਵਾਨ ਜਾਨੀ ਪਹਿਲਵਾਨ ਜਾਨੀ ਪਹਿਲਵਾਨ ਕਾਬੂ ਕਰਕੇ 56 ਵੱਡਾ ਕਰ ਗਿਆ 56 ਮਜ਼ਬੂਤ ਕਰ ਗਿਆ ਜੂੜ ਪੱਕਾ ਕਰਦਾ ਪਿਆ ਮੁਨਸਫ ਨਾਲ ਨਾਲ ਮੁਨਸਫ ਨਾਲ ਨਾਲ ਮੁਨਸਫ ਨਾਲ ਨਾਲ ਮੇਲਾ ਵੱਡਾ ਕੇਡ ਵੱਡੀ ਫਾਈਨਲ ਟੱਕਰ ਰਸਤੇ ਮੇ ਪਾਕਿਸਤਾਨ ਦੀ ਟੱਕਰ ਪੰਜਾਬ ਦੇ ਟੀਸੀ ਦੇ ਪੇਰ ਚੋਹਿਆਛੇ ਸਤਾਸਾ ਪੰਜਾਬ ਦੀਆਂ ਪੱਗਾ ਬੱਲੇ 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 ਸਦਕੇ ਢੋਲੜਿਓ ਬੜੀ ਸੋਹਣੀ ਗੁਸ਼ਤੀ ਸਾਡੇ ਸਾਹਮਣੇ ਖੱਪੇ ਲੱਤ ਦੀ ਟੰਗੀ ਭਾਈ ਹੋਈ ਸਵਾਰੀ ਜੋੜ ਕੇ ਆਸਮ ਨੂੰ ਧਲੇ ਜਾਨੀ ਉਤੇ ਦੋਵੇਂ ਗੱਬਰੂ ਜਵਾਨ ਪਾਕਿਸਤਾਨ ਦਾ ਸਰਮਾਇਆ ਨੇ ਪੰਜਾਬ ਦਾ ਸਰਮਾਇਆ ਨੇ ਜਾਨੀ ਫੇਵਰਟ ਪੋਜੀਸ਼ਨ ਦੇ ਨਾਲੇ ਲੇਕਿਨ ਨੈਵਰ ਗਿਵ ਅਪ ਆਸਾ ਉੱਚੀ ਡਿਫੈਂਡਿੰਗ ਪੋਜੀਸ਼ਨ ਦੇ ਵਿੱਚ ਥੱਲੇ ਦੇ ਕਿ ਜਾਨੀ ਪਹਿਲਵਾਨ ਇਸ ਟਾਈਮ ਉੱਤਨੀ ਸੈੱਟ ਤੇ ਰੈੱਡ ਕਲਰ ਦਾ ਕਾਸਟਿਊਮ ਜ਼ੈਡ ਕਲਰ ਦਾ ਜੰਗ ਜਾਂ ਜਾਨੀ ਪਹਿਲਵਾਨ ਉੱਤੇ ਜੀਓ ਜਾਨੀ ਪਹਿਲਵਾਨ ਕੇ ਰਸਤੇ ਪਵਣਾ ਦੇ ਕਦੀ ਨਹੀਂ ਬਦਲ ਹੁੰਦੇ ਕੁੱਝੀਆਂ ਵਿੱਚ ਸਮੁੰਦਰ ਨਹੀਂ ਪਾਏ ਜਾਂਦੇ ਸੂਰਜ ਕਦੀ ਨਹੀਂ ਮੁੱਠੀ ਚ ਫੜ ਹੁੰਦਾ ਤਾਰੇ ਕਦੇ ਨਹੀਂ ਅੰਬਰੋਂ ਲਾਏ ਜਾਂਦੇ ਤੇ ਸੱਜਣ ਦਿਲਾਂ ਚੋਂ ਕੱਢਣੇ ਬਹੁਤ ਔਖੇ ਵੈਰੀ ਕਦੀ ਨਹੀਂ ਦਲੀ ਚੜਾਏ ਜਾਂਦੇ ਸੱਪ ਹੁੰਦੇ ਨੇ ਬੀਨ ਤੇ ਮਸਤ ਯਾਰੋ ਰਾਗ ਮੱਜਾਂ ਨੂੰ ਨਹੀਂ ਸੁਣਾਏ ਜਾਂਦੇ ਤਾੜੀ ਮਾਰ ਦੋ ਪੰਜਾਬੀਓ ਮਾਰ ਦੋ ਤਾੜੀ ਮਾਰ ਦੋ ਤਾੜੀ ਸਦਕੇ ਸਦਕੇ ਜੀ জাফর ਸ਼ਾਬਾਸ਼ ਲੋਹਾ ਸ਼ੇਰਾਂ ਦੀ ਇੱਜ਼ਾਤੀ ਹੋਵੇ ਕਿਆ ਬਾਤ ਐ ਮੋਚੀ ਸ਼ਾਬਾਸ਼ ਮੇਰਾ ਸ਼ੇਰ ਜੀਵੇ ਜਾਨੀ ਪਹਿਲਵਾਨ ਸ਼ਾਬਾਸ਼ ਅੱਲਾ ਜ਼ਿੰਦਗੀ ਰੱਖੇ ਦੁਆ ਸ਼ੇਰਾਂ ਦੀ ਐ ਡੋਲ ਵਾਲਾ ਸੇ ਰਿਕੁਐਸਟ ਹੈ ਜਰਾ ਬੰਦ ਕਰ ਦੇ ਮਿਊਜ਼ਿਕ ਬੰਦ ਕਰ ਦੇ ਰਿਕੁਐਸਟ ਟੂ ਦਾ ਪਲੀਜ਼ ਸਾਊਂਡ ਸਿਸਟਮ ਵਾਲੋ ਸੇ ਰਿਕੁਐਸਟ ਹੈ ਕਿ ਚਸ ਲੈ ਆਂਦੇ ਹੋ ਜਰਾ ਕਿ ਘਰ ਘਰ ਜਮਦੀਆਂ ਚਿੜੀਆਂ ਤੇ ਘਰ ਘਰ ਜਮਦੇ ਕਾਂ ਕਿਤੇ ਕਿਤੇ ਮਾਵਾਂ ਜਮਦੀਆਂ ਤੇ ਹੰਸ ਜਿਨ੍ਹਾਂ ਦੇ ਨਾਂ ਦੋਵਾਂ ਪਲਵਾਨਾਂ ਦੇ ਨਾਂ ਦੀ ਇੱਕ ਬੜੀ ਦਮਕ ਤਾੜੀ ਲਾ ਦਿਓ ਕਿ ਅੱਲਾ ਕੱਲਾ ਸੀ ਕੰਜ਼ਲ ਦੀ ਜੂ ਅੰਦਰ ਕੱਲੇ ਸੋਚਿਆ ਜ਼ਾਹਿਰ ਦਰਜਾਤ ਕੋਈ ਨਹੀਂ ਆਪਣੇ ਨੂਰ ਤੇ ਹੋ ਗਿਆ ਆਬਾਸ਼ਕ ਉਦੋਂ ਦਿਨ ਕੋਈ ਨਹੀਂ ਨਾਲੇ ਰਾਤ ਕੋਈ ਨਹੀਂ ਹੋ ਗਿਆ ਦੋ ਤੇ ਦੋਵਾਂ ਨੇ ਗੀਤ ਗਾਏ ਕੌਣ ਕਹਿੰਦਾ ਹੈ ਹਮਦ ਤੇ ਨਾਤ ਕੋਈ ਨਹੀਂ ਮੈਂ ਤੇ ਸਦਕਾ ਮੁਹੰਮਦ ਦਾ ਮੰਗ ਖਾਨਾ ਮੇਰੀ ਜ਼ਾਹਿਰ ਹੋਰ ਔਕਾਤ ਕੋਈ ਨਹੀਂ सारे सजाचो के नारे तकबीर नारे रिसालत नारे हैदरी शाबाश नौज शेरान दी हयाती होवे कुश्ती साफ होनी है क्या बात है बड़ी प्यारी अस सरह की चाहते हैं ए हिनवे उठे लेदा ए हे टंगी ਸ਼ਾਬਾਸ਼ ਸ਼ਾਬਾ ਮੋਚੀ ਸ਼ਾਬਾਸ਼ ਜਾਨੀ ਅੱਲਾ ਦੋਵਾਂ ਸ਼ੇਰਾਂ ਦੀ ਹਯਾਤੀ ਰੱਖੇ ਸ਼ਾਬਾਸ਼ ਸ਼ਾਬਾ ਮੇਰੇ ਸ਼ੇਰ ਹਾਂਜੀ ਜਾਨੀ ਪਹਿਲਵਾਨ ਉਤੇ ਆ ਸਮੋਚੀ ਪਹਿਲਵਾਨ ਥੱਲੇ ਜੀ ਇਹਨੂੰ ਸਤੇ ਪਾਕਿਸਤਾਨ ਦਾ ਫਾਈਨਲ ਮੁਕਾਬਲਾ ਵੱਡਾ ਤਗੜਾ ਮੁਕਾਬਲਾ ਪਾਕਿਸਤਾਨ ਦੇ ਟੌਪ ਦੇ ਪਹਿਲਵਾਨਾਂ ਦੀ ਜੀ ਥੱਲੇ ਜਾਨੀ ਪਹਿਲਵਾਨ ਉੱਤੇ ਥੱਲੇ ਮਦਮੋਚੀ ਪਹਿਲਵਾਨ ਉੱਤੇ ਜਾਨੀ ਪਹਿਲਵਾਨ ਬੱਡੀ ਟੱਕਰ ਪਰ ਮੋਚੀ ਕਹਿੰਦਾ ਐਸੀ ਵੀ ਸੂਰਤੇ ਹਾਲਾਤ ਨਾ ਸਮਝੀ ਜਾਏ ਮੇਰੀ ਪਸਪਾਈ ਮੇਰੀ maat ਨਾ ਸਮਝੀ ਜਾਏ ਪਿੜਾਂਗਾ ਪੂਰਾ ਆਖਰੀ ਦਮ ਤੱਕ ਜੀਓ ਮੋਚੀਆ ਸਦਕੇ ਸਦਕੇ ਕਿ ਉਹਦੀ ਮੇਰੀ ਗੱਲ ਹੋ ਜਾਵੇ ਗੁਰਮੁਖੀ ਜੀ ਉਹਦੀ ਮੇਰੀ ਗੱਲ ਹੋ ਜਾਵੇ ਕੁਝ ਤਬੀਅਤ ਵੱਲ ਹੋ ਜਾਵੇ ਉਹਨੇ ਮੇਰਾ ਹੋਈ ਜਾਣਾ ਅੱਜ ਹੋ ਜਾਵੇ ਕੱਲ ਹੋ ਜਾਵੇ ਪਰ ਅੱਖੀਆਂ ਦੀ ਜੇ ਗੱਲ ਉਹ ਸਮਝੇ ਦਿਲ ਦਾ ਮਸਲਾ ਹੱਲ ਹੋ ਜਾਵੇ ਕਹਿੰਦਾ ਮਸਲਾ ਤੇ ਹੱਲ ਕਰਕੇ ਜਾਵਾਂਗਾ ਮੋਚੀ ਪਹਿਲਵਾਨ ਤੇ ਜਾਨੀ ਪਹਿਲਵਾਨ ਦੋਵੇਂ ਤਜਰਬਾਕਾਰ ਸਗਰੇ ਬੇਤੇ ਪਹਾੜ ਪਹਾੜ ਦੇ ਨਾਲ ਪਹਾੜ ਦੀ ਟੱਕਰ ਸ਼ੇਰ ਨਾਲ ਸ਼ੇਰ ਦਾ ਮੱਥਾ ਇਧਰ ਵੇਖੋ ਧਰਤੀ ਹਿਲਾਉਂਦੇ ਪੇ ਸ਼ੇਰ ਤਜਰਬਾਕਾਰ ਰੈਸਲਰ ਉਤਲੇ ਬੰਨੇ ਰੈੱਡ ਕਾਸਟਿਊਮ ਰੈੱਡ ਜਾਂਗੀਆਂ ਨਾ ਜਾਨੀ ਪਹਿਲਵਾਨ ਦਿਲ ਦਾ ਜਾਨੀ ਸਦਕੇ ਸਦਕੇ ਤਾੜੀਆਂ ਮਾਰਿਆ ਕਰੋ ਮਾਰੋ ਤਾੜੀਆਂ ਪਹਿਲਵਾਨ ਤਕੜੇ ਕਰੀਏ ਸ਼ਾਬਾਸ਼

जीवे जनी, जीवे मोची जमीन पे धड़क दिए शाबाश शाबाश टोल टोल बंद कर टोल बंद करे उधर जिंदाबाद मुकाबला वड्डा, पंजाब दी बड़ी टक्कर रुस्त में पाकिस्तान दंगल दा फाइनल कमजोर दिल दे बंदे ते शुगर दे मरीज चल जो कमजोर दिल वाले शुगर वाले चल जो ਕਵੱਡਿਕ ਬੰਦੇ ਦਰਾ ਪਿਛਾ ਕਰਦੇ ਜੇ 우ਸਤਾਦ ਕਾਲਾ ਜੀ ਬਹੁਤ ਸ਼ੁਕਰੀਆ ਸੋ ਥੈਂਕਸ ਲਵ ਯੂ ਵੈਰੀ ਮਚ ਜ਼ਿੰਦਾਬਾਦ ਖੇਡ ਵੱਡੀ ਮੈਦਾਨ ਵੱਡਾ ਜਾਨੀ ਪਹਿਲਵਾਨ ਬਾਮ ਮੁਕਾਬਲਾ ਸ ਮੋਚੀ ਸਦਕੇ ਰੈਫਰੀ ਸਾਹਿਬ ਫੈਸਲਾ ਕਰਨਗੇ ਚੱਲ ਗਏ ਨੇ ਉਹ ਜੀ ਜੀ ਮੋਚੀ ਪਹਿਲਵਾਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਦ ਵੀ ਕਾਣੀ ਵੰਡ ਹੁੰਦੀ ਏ ਕਾਬੇ ਨੂੰ ਹੀ ਕੰਡ ਹੁੰਦੀ ਏ ਤੇ ਸਰਦਾ ਭਾਰਤੇ ਉਹੀ ਜਾਣੇ ਜੀਦੇ ਸਿਰ ਤੇ ਪੰਡ ਹੁੰਦੀ ਏ ਸਦਕੇ ਸਦਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਤਲੇ ਬੰਦੇ ਜਾਨੀ ਪਹਿਲਵਾਨ ਥੱਲੇ ਮੋਚੀ ਪਹਿਲਵਾਨ ਪਰ ਕਹਿੰਦੇ ਨੇ ਕਿ ਉਹਦੀ ਫਿਤਰਤ ਕਹਿਰ ਨਾ ਛੱਡੇ ਤੇ ਸੱਜਣ ਹੋ ਕੇ ਵੈਰ ਨਾ ਛੱਡੇ ਚਲੋ ਅਸੀਂ ਨਹੀਂ ਮੱਥੇ ਲਗਦੇ ਉਹਨੂੰ ਆਖੋ ਸ਼ੈਰ ਨਾ ਛੱਡੇ ਜਿੱਤ ਮੁਕੱਦਰ ਹੋ ਸਕਦੀ ਏ ਬਸ ਇੱਕ ਬੰਦਾ ਪੈਰ ਨਾ ਛੱਡੇ ਜਿੱਤ ਮੁਕੱਦਰ ਹੋ ਸਕਦੀ ਏ ਚੌਧਰੀ ਅਸ਼ੇਰ ਸਤਾਰ ਸਾਹਿਬ ਜਿੱਤ ਮੁਕੱਦਰ ਹੋ ਸਕਦੀ ਏ ਬਸ ਇੱਕ ਬੰਦਾ ਪੈਰ ਨਾ ਛੱਡੇ ਅਗਰ ਕੁਸ਼ਤੀ ਚੰਗੀ ਲੱਗੀ ਆ ਪੰਜਾਬੀ ਚੰਗੀ ਲੱਗੀ ਆ ਤੇ ਤਾੜੀਆਂ ਮਾਰੋ ਪੰਜਾਬੀਓ ਇੱਕ ਵਾਰੀ ਸਦਕੇ ਬੜੀ ਸੋਹਣੀ ਕੁਸ਼ਤੀ ਸਜੀ ਲੱਤ ਪਾਈ ਹੋਈ ਜਾਨੀ ਨੇ ਥੱਲੇ ਆਸਮੋਚੀ ਤੇ ਉੱਤੇ ਜਾਨੀ ਕਿ ਸੀਨ ਸੁੱਕ ਕੇ ਹੋ ਕੜੰਗ ਗਿਓ ਸੀਨ ਸੁੱਕ ਕੇ ਹੋ ਕੜੰਗ ਗਿਓ ਤਵਾ ਨਿਕਲ ਗਏ ਮੇਰੀਆਂ ਹੱਡੀਆਂ ਦਾ ਯਾਰ ਬਣ ਕੇ ਸ਼ਾਬਾ ਜਾਨੀ ਸ਼ਾਬਾ ਬਹੁਤ ਅਚੇ ਆਹਹਾ ਧਾੜੀਆਂ 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 ਬਹੁਤ ਅਚੇ ਸ਼ਾਬਾਸ਼ ਕੀ ਆ ਜਾਨੀ ਸ਼ਾਬਾ ਜਾਨੀ ਵਾਜ ਕੀ ਬਾਤ ਐ

ਅਗਰ ਪਹਿਲਵਾਨ ਵੱਡੇ ਜੋ ਉਸਤਾਦ ਵੱਡੇ ਜੋ ਤੇ ਜਿਗਰੇ ਵੀ ਵੱਡੇ ਰੱਖੋ ਸਾਡੇ ਤਿੰਨ ਬੰਦੇ ਖੜੇ ਹਾਰ ਜਿੱਤ ਮੈਦਾਨ ਦਾ ਹਿੱਸਾ ਹਾਰ ਜਿੱਤ ਮੈਦਾਨ ਦਾ ਹਿੱਸਾ ਗਿਰਤੇ ਹੈ ਸ਼ਾਹ ਸਵਾਰ ਹੀ ਮੈਦਾਨੇ ਜੰਗ ਮੇ ਉਹ ਤਿਫਲ ਕਿਆ ਗਿਰेंगे ਜੋ ਗੁੱਟਨੋਂ ਕੇ ਬਲ ਚਲੇ ਮੈਦਾਨ ਲੱਗਾ ਹੋਇਆ ਮੈਦਾਨ ਲੱਗਾ ਹੋਇਆ ਫੈਸਲੇਗੇ ਐਸੋਸੀਏਸ਼ਨ ਜਨਾਬ ਕਾਲਾ ਅੱਜ ਕਾਲਾ ਪਹਿਲਵਾਨ ਸਦਰ ਲਾਹੌਰ ਦੇਸੀ ਕੁਸ਼ਤੀ ਜੀ ਸਾਡੇ ਤਿੰਨ ਮਹਿਮਾਨ ਤਿੰਨ ਮੁੰਸਾ ਕੁਸ਼ਤੀ

कुश्ती दोबारा शुरू जी जी जानी 15 मिनट पंद्रह मिनट हो चुके कुश्ती मिनट यानी कि पंद्रह मिनट बकाया ने इस कुश्ती ने शाबाश क्या बात है जानी पहलवान क्या बात है आसफ मोची अल्लाह शेर हयाती रखे बबर शेरन ਅੱਲਾ ਇਹਨਾਂ ਦੀ ਜ਼ਿੰਦਗੀ ਰੱਖੇ ਮਨਸਾਂ ਦੀ ਸ਼ਾਬਾਸ਼ ਅਬਾਸ ਕਸੂਰ ਵਾਲੇ ਜਿੱਥੇ ਵੀ ਹੈਗੇ ਨੇ ਜਰਾ ਕਾਈਂਡਲੀ ਮਾਈਕ ਤੇ ਆ ਜਾਣ ਅਬਾਸ ਕਸੂਰੀਆ ਜਿੱਥੇ ਵੀ ਨੇ ਮਾਈਕ ਤੇ ਆ ਜਾਣ ਜੀ ਭਾਈ ਅਬਾਸ ਸਾਹਿਬ ਵੈਲ ਡਨ ਜਿੰਦਾਬਾਦ ਜੀ ਇਧਰ ਸ਼ਿਮਲੇ ਉੱਚੇ ਸੋਹਣੀਆਂ ਪੱਗਾਂ ਪਾ ਕੇ ਮੇਰੀ ਸਟੇਜ ਦੇ ਉੱਪਰ ਤਸ਼ਰੀਫ ਫਰਮਾ ਰੈਸਲਿੰਗ ਦੇ ਪ੍ਰਧਾਨ ਦੇਸੀ ਕੁਸ਼ਤੀਆਂ ਦੇ ਸ਼ਹਜ਼ਾਦੇ ਅੱਜ ਦੀ ਪਰਿਆਦੇ ਪ੍ਰਧਾਨ ਗਰਾਊਂਡਾਂ ਨੂੰ ਆਬਾਦ ਕਰਨ ਵਾਲੇ ਮਿੱਤਰ ਮੇਰੀ ਪਰਿਆਦੇ ਪ੍ਰਧਾਨ ਬਣ ਕੇ ਸਟੇਜ ਦੇ ਉੱਪਰ ਤਸ਼ਰੀਫ ਫਰਮਾ ਮੈਂ ਅੱਗੇ ਗੱਲ ਕਰਦਾ ਪਿਆ ਸਾ ਕਿ ਸਾਨੂੰ ਪੱਗਾਂ ਫੱਪਦੀਆਂ ਨੇ ਸਾਡੀ ਵਕਰੀ ਟੌਰ ਨਵਾਬੀ ਸਾਡੇ ਸ਼ੇਰਾਂ ਵਰਗੇ ਦਿਲ ਸਾਨੂੰ ਕਹਿੰਦੇ ਲੋਕ ਪੰਜਾਬੀ ਸਾਡੇ ਸ਼ੇਰਾਂ ਵਰਗੇ ਦਿਲ ਇਧਰ ਜਾਨੀ ਪਹਿਲਵਾਨ ਉੱਤੇ ਥੱਲੇ ਕਰੀ ਫਿਰ ਮੋਚੀ ਪਹਿਲਵਾਨ ਟੱਕਰ ਵੱਡੀ ਮੁਕਾਬਲਾ ਵੱਡਾ ਮੈਦਾਨ ਵੱਡਾ ਐਸ.ਟੀ.ਐਮ. ਚੌਧਰੀ ਅਸ਼ੇਰ ਸਤਾਰ ਸਾਹਿਬ ਵੀ ਫੁੱਲ ਪੱਪਾਂ ਪਾਰ ਜਦੋਂ ਫਤਹਾ ਮਿਲਦੀ ਆ ਜਦੋਂ ਕਾਮਯਾਬੀ ਮਿਲਦੀ ਆ ਵੱਖਰਾ ਹੀ ਨਸ਼ਾ ਵੱਖਰਾ ਹੀ ਸਵਾਦ ਆ ਫਿਰ ਬੰਦੇ ਪੱਪਾਂ ਪਾਰ ਹੁੰਦੇ ਨੇ ਰਸਲਿੰਗ ਦੀ ਫਤਹਾ ਹੁੰਦੀ ਪਈ ਆ ਦੇਸੀ ਕੁਸ਼ਤੀ ਦੀ ਜਿੱਤ ਹੁੰਦੀ ਪਈ ਆ ਬਾਕੀ ਵੇਖ ਕੇ ਆ ਬੇਖੌਫ ਜਵਾਨੀ ਸ਼ੌਕ ਉਡਾਰਾ ਮਾਰੇ ਮੈਨੂੰ ਇਹ ਗੱਲ ਯਾਦ ਨਹੀਂ ਰਹਿਣੀ ਕੌਣ ਨੇ ਜਿੱਤੇ ਹਾਰੇ ਆਜੀ ਮੈਂ ਨਹੀਂ ਬਿਆਹਣ ਉਤੇ ਆਸਮੋਚੀ ਥਲੇ ਜੀ ਚੌਧਰੀ ਅਸ਼ੇਰ ਸਤਾਰ ਸਾਹਿਬ ਸਦਰ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਉਸਤਾਦ ਕਾਲਾ ਪਹਿਲਵਾਨ ਸਦਰ ਨੌਰ ਰੈਸਲਿੰਗ ਐਸੋਸੀਏਸ਼ਨ ਨੇ ਕੁਸ਼ਤੀ ਦਾ فن ਦੁਬਾਰਾ ਚੁੱਕ ਦਿੱਤਾ ਜੀ ਅੱਜ ਇਹ ਰਸਤੇ ਮੇ ਪਾਕਿਸਤਾਨ ਦਾ ਫਾਈਨਲ ਮੁਕਾਬਲਾ ਇੱਕ ਵਾਰੀ ਜਿੰਨੇ ਵੀ ਸ਼ਾਇਕੀਨ ਨੇ ਅਗਰ ਕੁਸ਼ਤੀ ਦੀ ਚਾਹ ਆ ਰਹੀ ਏ ਤੇ ਦਬਕੇ ਤਾੜੀ ਮਾਰੋ ਜਰਾ 17 ਮਿੰਟ ਹੋ ਗਏ ਕੁਸ਼ਤੀ ਨੂੰ ਗੱਲ ਸੁਣ ਕੇ 17 ਮਿੰਟ ਹੋ ਗਏ ਟੋਲਣਿਓ ਅੰਕਲ ਢੋਲ ਵਾਲੇ ਡੋਨਟ ਟੱਚ ਮੀ 17 ਮਿੰਟ ਹੋ ਗਏ ਕੁਸ਼ਤੀ ਨੂੰ 3 ਮਿੰਟ ਬਾਅਦ ਕੁਸ਼ਤੀ ਆਮਨੇ ਸਾਹਮਣੇ ਹੋਏਗੀ ਤੇ ਟਾਸ ਤੇ ਫੈਸਲਾ ਹੋਏਗਾ ਕੌਣ ਥੱਲੇ ਪਏਗਾ ਦਬ ਕੇ ਤਾੜੀ ਮਾਰੋ ਜਰਾ ਰੈਸਲਿੰਗ ਫੈਡਰੇਸ਼ਨ ਦੇ ਨਾਮ ਦੀ ਮਾਰਦਿਆ ਕਰੋ ਤਾੜੀਆਂ ਕੁਸ਼ਤੀ ਵੇਖਣ ਆਏ ਆ ਰਿਆਸਤ ਵਾਲਿਓ ਦੱਸਿਓ ਹੈਗੇ ਜੋ ਤਾੜੀ ਮਾਰ ਕੇ ਦੱਸੋ ਜਰਾ ਜਰਾ ਮੋਬਾਈਲਾਂ ਦੀਆਂ ਬੱਤੀਆਂ ਬਾਲੋ ਦੱਸੋ ਕਿ ਅਸੀਂ ਪੰਜਾਬੀ ਰੈਸਲਿੰਗ ਦਾ ਦੇਸੀ ਕੁਸ਼ਤੀ ਨਾਲ ਪਿਆਰ ਕਰਦੇ ਆਂ 10 ਮਿੰਟ ਬਾਅਦ ਆਪਨੇ ਸਾਹਮਣੇ ਕੁਸ਼ਤੀ ਕਰੀ ਹੋਏਗੀ ਮਕਤਾਸਤੇ ਹੋਏਗਾ ਫਿਰ ਫੈਸਲਾ ਜਿਵੇਂ ਅਸ਼ਟ ਸਤਾਰ ਸਾਹਿਬ ਨੇ ਪਹਿਲਾ ਐਲਾਨ ਕਰਕੇ ਸਾਰੇ ਜਿਹੜੇ ਕਮਾਨੀਨ ਤਰਤੀਬ ਦਿੱਤੇ ਗਏ ਨੇ ਉਹ ਸਭ ਨੂੰ ਦਸ ਛੱਡੇ ਨੇ ਬਾਹਰ ਕੈਫ ਮੈਦਾਨ ਚ ਅੱਜ ਫਤਾ ਹੋਏਗੀ ਵੇਖੋ ਰੈਸਲਿੰਗ ਦੀ ਫਤਾ ਹੋਏਗੀ ਦੇਸੀ ਕੁਸ਼ਤੀ ਦੇ ਉਸਤਾਦ ਕਾਲਾ ਸਾਹਿਬ ਫਤਾ ਹੋਏਗੀ ਹਾਰ ਜਿੱਤ ਫਿਰ ਹੁੰਦੀ ਰਹਿੰਦੀ ਆ ਮੈਦਾਨਾਂ ਚ ਇਹ ਕੁਸ਼ਤੀਆਂ ਦੇ ਸ਼ੌਕ ਇਹ ਪਹਿਲਵਾਨੀਆਂ ਦੇ ਸ਼ੌਕ ਕਹਿੰਦੇ ਸਾਡੇ ਅੱਕੀ ਤੇ ਭੋਲੂ ਗਵਾਚ ਗਏ ਨੇ ਕੀ ਦੇ ਸਿਰ ਤੇ ਬੰਨੀਆਂ ਪੰਜਾਬ ਦੀ ਪੱਗ ਹੁਣ ਪੰਜਾਬ ਦੀ ਪੱਗ ਦੀ ਗੱਲ ਆ ਪੰਜਾਬ ਦੇ Shimla ਦੀ ਗੱਲ ਆ ਅੱਜ ਮੈਦਾਨ 'ਚ ਹੋਏਗਾ ਫੈਸਲਾ ਉਸਤਾਦ ਬशीर ਪੋਲਾ ਪਾਲਾ ਮਨਸਫ ਨੇ ਨਾਲ-ਨਾਲ ਨੇ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਂ ਦੂਸਰਾ ਉਸਤਾਦ ਹਾਮਦ ਖਾਨ ਸਾਹਿਬ ਨਾਲ-ਨਾਲ ਉਸਤਾਦ ਸ਼ਾਹਦ ਰੰਗਪੁਰੀਆ ਨਾਲ-ਨਾਲ ਦੇਸੀ ਕੁਸ਼ਤੀਆਂ ਦੇ ਉਹ ਨਾਂ ਜਿਹੜੇ ਪੂਰੀ ਦੁਨੀਆ ਚ ਗੇਣਵੇਂ ਚੁਣਵੇਂ ਤੇ ਮੰਨੇ ਮਿੱਥੇ ਜਾਂਦੇ ਉਹ ਨਾ ਇਧਰ ਵੇਖੋ ਜਾਨੀ ਦੀਆਂ ਤਕਨੀਕਾਂ ਇਧਰ ਵੇਖੋ ਜਾਨੀ ਦੇ ਦਾ ਇਧਰ ਵੇਖੋ ਜਾਨੀ ਦੇ ਔਰ ਮੋਚੀ ਦੀਆਂ ਬਚਣੀਆਂ ਵੀ ਦੇਖ ਲਓ ਜੀਓ ਮੋਚੀਆ ਜੀਓ ਮੋਚੀਆ ਜੀਓ ਮੋਚੀਆ ਫਰੀਦ ਜੀ ਟਾਈਮ ਫਰੀਦ ਜੀ ਟਾਈਮ ਤਾੜੀ ਮਾਰ ਦੋ ਤਾੜੀ ਜਿੰਨੇ ਤਾੜੀ ਨਾਲ ਮਾਰੀ ਰਾਤ ਨੂੰ 12 ਵਜੇ ਇੱਕ ਮਿੰਟ ਤੇ ਖੁਰਕ ਪੈ ਜਾਏਗੀ ਮਾਰ ਦੋ ਤਾੜੀ ਇੱਕ ਰੀ ਸਦਕੇ

ਕਿਆ ਬਾਤ ਹੈ ਮੇਰੇ ਸ਼ੇਰ ਸ਼ਾਬਾਸ਼ ਕੋਈ ਬੰਦਾ ਵਿੱਚ ਨਾ ਆਵੇ ਮਨਸਫ ਖੜੇਨ ਜਿਹੜਾ ਫੈਸਲਾ ਹੋਣਾ ਹੈ ਉਹਨਾਂ ਨੂੰ ਮੁਲਸਾ ਕਰਨਾ ਹੈ ਵੇਚ ਕੋਈ ਨਾ ਹੋਵੇ ਅੱਛਾ ਮੇਰੀ ਗੱਲ ਸੁਣੋ ਅੱਛਾ ਪੂਰੀ ਦੁਨੀਆ ਦਾ ਵੱਡਾ ਮੁਨਸਫ ਮੈਦਾਨ ਦੇ ਵਿੱਚ ਆ ਅਗਰ ਹਜੇ ਵੀ ਯਕੀਨ ਨਹੀਂ ਆਗਾ ਤੇ ਫਿਰ ਤੁਸੀਂ ਵਾਅਦਾ ਕਰਦੇ ਪਏ ਮੁਨਸਫ ਦੀ ਮੁਨਸਫੀ ਨਾਲ ਜੀ ਮੈਨਾ ਕੇ ਮੁਨਸਫਾ ਦੀ ਗਲਤੇ ਰੋ ਵਾਇਲੇਸ਼ਨ ਨਹੀਂ ਕਰਨੀ ਬਹੁਤ ਸ਼ੁਕਰੀਆ ਕੋਈ ਬੰਦਾ ਅੰਦਰ ਜਾਣ ਦੀ ਕੋਸ਼ਿਸ਼ ਨਾ ਕਰੇ ਡਿਸਟਰਬ ਨਾ ਕਰੇ ਕਿ ਤਾਕਿ ਲੋਕੀ ਮਜ਼ਾ ਲੈਂਦੇ ਪਏ ਨੇ ਫਨ ਇਹ ਫਨ ਨੂੰ ਜ਼ਿੰਦਾ ਕਰਦੇ ਪਏ ਲੋਕ ਮੋਢੇ ਜੋੜ ਕੇ ਇਹਨੂੰ ਜ਼ਿੰਦਾ ਹੋਣ ਦਿਓ ਯਾਰ ਰਸਤੰਗ ਨੂੰ ਵਧਨ ਦਿਓ ਦੇਸੀ ਕੁਸ਼ਤੀਆਂ ਨੂੰ ਵਧਨ ਦਿਓ ਰਣਮਜੀਤ ਇਕਬਾਲ ਸਾਹਿਬ ਸਰ ਸਵਾਦ ਆਇਆ ਜੀ ਰਣਮਜੀਤ ਇਕਬਾਲ ਸਾਹਿਬ ਯੂਵਾ ਯੂਨੀਵਰਸਿਟੀ ਮਜ਼ਾ ਆਇਆ ਸਰ ਇਨਸ਼ਾਅੱਲਾ ਜਨਾਬ ਡਾਕਟਰ ਆਸਫ ਹਾਂਜੀ ਜਨਾਬੇ ਆਸਰਫ ਤਫੈਲ ਸਾਹਿਬ ਡੀਜੀ ਸਪੋਰਟਸ ਐਂਡ ਯੂਥ ਫੇਅਰ ਪੰਜਾਬ ਸਰਦਾ ਬਹੁਤ ਜਾਨੀ ਕੁਸ਼ਤੀ ਦੇਖੋ ਜੀ ਜਾਨੀ ਪਹਿਲਵਾਨ ਉੱਤੇ ਕੁਸ਼ਤੀ ਦੇਖੋ ਜਾਨੀ ਪਹਿਲਵਾਨ ਉੱਤੇ ਆਏਗਾ ਜੀ ਔਰ ਪੰਜਾਬ ਪੁਲਿਸ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆ ਕਿ ਭਰਪੂਰ ਕੋਆਪਰੇਟ ਕੀਤਾ ਕੁਸ਼ਤੀ ਦੇਖੋ ਜੀ ਲਓ ਜੀ ਵੇਖੀਏ ਕੁਸ਼ਤੀ ਜਾਨੀ ਪਹਿਲਵਾਨ ਉੱਤੇ ਔਰ ਵੇਖੋ ਔਰ ਵੇਖੋ ਇੱਕ ਰੀ ਮੋਚੀ ਦੀਆਂ ਬੱਚਣੀਆਂ ਵੇਖੋ ਕੀ ਬਣਿਆ ਹਾਂ 20 ਮਿੰਟ ਪੂਰੇ ਇਸ ਤੋਂ ਬਾਅਦ ਹੁਣ ਟਾਸ ਟਾਸ ਹੋਇਆ सिक्का दो बंदेर बंदे पिछा सर बंदे, बंदे सर बंदे पिछा प्लीज बंदे पिछा पिछा बंदे पिछाशन नो वायोलेशन प्लीजोशन सर जरा एसोसिएशन के साथ कोपरेट करें जरा फेडरेशन के साथ कोपरेट करें जरा पंजाब स्पोर्ट्स बोर्ड के साथ कोपरेट करें बहुत बहुत शुक्रिया ਬਹੁਤ ਸ਼ੁਕਰੀਆ ਔਰ ਫਾਈਨਲ ਤਕਰੀਬ ਤੇ ਡਾਕਟਰ ਹੁਣ ਟਾਸ ਤੇ ਫੈਸਲਾ ਹੋਏਗਾ ਪੰਜ-ਪੰਜ ਮਿੰਟ ਦਿੱਤੇ ਜਾਣਗੇ ਜਿਹੜਾ ਟਾਸ ਜਿੱਤੇਗਾ ਉੱਪਰ ਹੋਏਗਾ ਜਿਹੜਾ ਟਾਸ ਹਰੇਗਾ ਥੱਲੇ ਹੋਏਗਾ ਕਿਉਂ ਜੀ ਕਾਲਾ ਪਹਿਲਵਾਨ ਜੀ 20 ਮਿੰਟ 20 ਮਿੰਟ ਕੁਸ਼ਤੀ ਹੋਈ ਹੈ ਜਿਹੜਾ ਟਾਸ ਜਿੱਤੇਗਾ ਉਹਨੂੰ 5 ਮਿੰਟ ਦਿੱਤੇ ਜਾਣਗੇ ਜਿੰਦਾਬਾਦ ਜੀ ਉਸਤਾਦ ਕਾਲਾ ਸਾਹਿਬ ਫਰਮਾ ਰਹੇ ਨੇ ਕਿ ਰੁਸਤ ਮੇਂ ਲਾਹੌਰ ਵੀ ਬਹੁਤ ਤਗੜਾ ਹੋਇਆ ਸੀ ਔਰ ਰਲ ਮਿਲ ਕੇ ਹੁਣ ਰੁਸਤ ਮੇਂ ਪਾਕਿਸਤਾਨ ਵੀ ਅਸੀ ਤਰਤੀਬ ਦਿੱਤਾ ਮਿਹਰਬਾਨੀ ਇਹਨੂੰ ਪੂਰਾ ਸਾਫ ਸੁਥਰਾ ਹੋਣ ਦਿਓ ਬਹੁਤ ਸ਼ੁਕਰੀਆ ਜਿੰਦਾਬਾਦ ਖੇਡ ਦੇ ਮੈਦਾਨ ਕਹਿੰਦੇ ਨੇ ਜਨਾਬੀ ਡਾਕਟਰ ਆਸਫ ਤਫੈਲ ਸਾਹਿਬ ਕਿ ਜਿੰਨਾ ਮੁਲਕਾਂ ਦੇ ਵਿੱਚ ਖੇਡਾਂ ਦੇ ਗਰਾਊਂਡ ਆਬਾਦ ਹੁੰਦੇ ਨੇ ਉੱਥੇ ਹਸਪਤਾਲ ਤੇ ਜੇਲ੍ਹਾਂ ਵੀ ਮਰਾਨ ਹੁੰਦੀਆਂ ਟਾਸ ਹੋਇਆ 5 ਮਿੰਟ ਦਾ ਕੇ ਜਾਨੀ ਫੇਰ ਲੱਗ ਫੜੇਗਾ ਟਾਸ ਜਾਨੀ ਜਿੱਤ ਗਿਆ ਟਾਸ ਜਿਹੜਾ ਜਾਨੀ ਪਹਿਲਵਾਨ ਗੁਜਰਾਲੀਆ ਉਹ ਜਿੱਤ ਗਿਆ ਟਾਸ ਜਿੱਤ ਗਿਆ 5 ਮਿੰਟ ਤੱਕ ਗਿਆ ਟਾਲੇਗਾ ਤੇ ਠੀਕ ਹੈ ਨਹੀਂ ਤੇ ਦੁਬਾਰਾ ਜਿਹੜਾ ਹੈ ਨਾ 5 ਮਿੰਟ ਤੱਕ ਅਗਰ ਜਾਨੀ ਨੇ ਟਾਲਿਆ ਠੀਕ ਹੈ ਨਹੀਂ ਤਾਂ ਆਸਮੋਚੀ 5 ਮਿੰਟ ਲੱਕ ਪੜੇਗਾ ਫਿਰ ਲੋ ਜੀ ਪਹਿਲਾ 5 ਮਿੰਟ ਦਾ ਟਾਸ ਜਿੱਤ ਕੇ ਜਾਨੀ ਪਹਿਲਵਾਨ ਫੇਰ ਉੱਤੇ ਅਗਰ ਇਹ 5 ਮਿੰਟਾਂ 'ਚ ਗੱਲ ਕਿਸੇ ਬੰਨੇ ਲਾ ਗਿਆ ਇਹ ਟਰੈਕਟਰ ਖੋਬੇ 'ਚੋਂ ਕੱਢ ਗਿਆ फिर गल बने फिर अगले पांच मिनट अस मोची मिल जाने लो जी जानी पलवान फिर उ मोची ते जानी आसम मोची फकर बहावलपुर 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 इधर बहुत बहुत अच्छे Marka! Ce hoşi bete mara zordar! Şavaş! Şavaş! Civan mı de şer? Vasan mı de şer? Homan mı Şavaş! Allah hayatı rakhay! ਸ਼ਾਬਾਸ਼ ਸਜਾ ਤੂੰ ਤੇ ਕਰਕੇ ਨਰੇ ਹੈਦਰੀ ਸ਼ਾਬਾਸ਼ ਸ਼ਾਬਾ ਮੇਰੇ ਸ਼ੇਰ ਕੀ ਬਾਤ ਹੈ ਜਾਨੀ ਦੀ ਕੀ ਬਾਤ ਹੈ ਮੋਚੀ ਦੀ ਸ਼ਾਬਾਸ਼ ਕਾਬ ਮੇਰੇ ਸ਼ੇਰ ਜੀ ਜੀ ਜਾਨੀ ਤੇ ਮੋਚੀ ਮੋਚੀ ਵੀ ਪੂਰਾ ਕੰਮ ਬਖਾਉਂਦਾ ਪਿਆ ਕਹਿੰਦਾ ਸਾਨੂੰ ਕੰਟੀਨਿਊਸ ਧੋਖੇ ਇਟਸ ਓਕੇ ਤੇ ਉਹਨਾਂ ਨੂੰ ਹਜ਼ਾਰ ਮੌਕੇ ਇਟਸ ਓਕੇ ਤੇ ਲੋਕਾਂ ਨੂੰ ਹੋਟਲਾਂ ਵਿੱਚ ਟ੍ਰੀਟਾਂ ਸਾਨੂੰ ਚਾਹ ਵਾਲੇ ਖੋਖੇ ਇਟਸ ਓਕੇ ਸਦਕੇ ਜਾਨੀ ਜਾਨੀ ਤੇ ਮੋਚੀ ਪਹਿਲਵਾਨ ਟੱਕਰ ਵੱਡੀ ਸਾਹਂ ਪਿੱੜਦੇ ਪਏ ਮੈਦਾਨ ਦੇ ਵਿੱਚ ਪੰਜਾਬ ਦੇ ਵੱਡੇ ਸ਼ੇਰ ਪਹਾੜ ਵੱਡੇ ਮੈਦਾਨ ਦੇ ਵਿੱਚ ਹਾਥੀਆਂ ਦਾ ਕੋਲ ਮੈਦਾਨ ਦੇ ਵਿੱਚ ਰਿਆਸਤ ਬਹਾਵਲਪੁਰ ਬੰ ਮਕਾਬਲਾ ਜਾਨੀ ਪਹਿਲਵਾਨ ਗੁਜਰਾਵਾਲੀਆ ਲਾਹੌਰ ਗੁਜਰਾਵਾਲਾ ਮਾਜੇ ਦੀ ਧਰਤੀ ਰਾਵੀ ਦਾ ਕੰਡਾ ਸਦਕੇ 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 ਕੇ ਤੇ ਨੀਲੀਆਂ ਕੁੱਡੀਆਂ ਚਰਦੀਆਂ ਸਨ ਬੀਂਡੇ ਰਾਗ ਸਨ ਕਾਮ ਦੇ ਜੰਡ ਉੱਤੇ ਪਾਣੀ ਰਾਵੀ ਦਾ ਰੇਤਾ ਤੇ ਜਾਪਦਾ ਸੀ ਕਿ ਉਹ ਵਿਟਿਆ ਕਿ ਹਾਏ ਜੀ ਉਹ ਜਾਨੀਆਂ ਜੀ ਉਹ ਜਾਨੀਆਂ ਜੀ ਉਹ ਮੋਚੀਆ ਤੇਰਾ ਬਚਣਾ ਸਦਕੇ ਆਸਮ ਮੋਚੀ ਤੇਰਾ ਬੱਚ ਮੰਜਣਾ ਸਦਕੇ 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 ਜ਼ਿੰਦਾਬਾਦ ਜ਼ਿੰਦਾਬਾਦ ਜੀ জাফর ਜੀ ਸ਼ਾਬਾਸ਼ ਕੀ ਬਾਤ ਹੈ ਮਾਰਕੋ ਜਹਾਂ ਦੇ ਅਸਲਾਮਤ ਤਾੜੀ ਮਾਰੋ ਜ਼ੋਰਦਾਰ क्या बात है जीवन में शेर क्या बात है जीवन मोती जीवे जानी 3 मिनट हो गए ने रिमेनिंग 2 मिनट्स रह गए ने 3 मिनट हो गए ने बकाया 2 मिनट ने उसके बाद आसम मोची लग बढ़ेगा

ਪਰ ਦੋਮੇ ਪਾਕਿਸਤਾਨ ਦੇ ਸ਼ੇਰ ਚੌਧਰੀ ਅਸ਼ਰਫ ਸਤਾਰ ਸਾਹਿਬ ਕੇ ਪਾਕਿਸਤਾਨ ਦੇ ਅਸੀਂ ਜਵਾਨ ਸੋਹਣੇ ਸਾਨੂੰ ਮਾਣ ਨੇ ਬੜੇ ਜਵਾਨੀਆਂ ਦੇ ਅਸਾਂ ਸਿੰਧੀ ਪੰਜਾਬੀ ਬਲੋਚ ਪਠੇ ਅਸਾਂ ਪੁੱਤ ਪੰਜਾਬ ਦੇ ਪਾਣੀਆਂ ਦੇ ਅਸੀਂ نسل ਮਹਿਮੂਦ ਇਹ ਗਾਜ਼ੀਆਂ ਦੀ ਦੁੱਧ ਪੀਤੇ ਨੇ ਮਾਵਾਂ ਪਠਾਣੀਆਂ ਦੇ ਤੇ ਅਸਾਂ ਰਹੀਏ ਨਾ ਰਹੀਏ ਜਹਾਨ ਉੱਤੇ ਸੌ ਅਲੀ ਦੀ ਪਾਕਿਸਤਾਨ ਰਹੇਗਾ ਕਾਇਦ ਆਜ਼ਮ ਦਾ ਇਹ ਇਹਸਾਨ ਹੈ ਚੰਦ

ਜਿਹੜੇ ਕਦੀ ਸਕੂਲੇ ਨਹੀਂ ਗਏ ਉਹਨਾਂ ਵਾਸਤੇ 30 ਸੈਕਿੰਡ ਜੀ 30 ਸੈਕਿੰਡਸ ਓਨਲੀ ਬਕਾਇਆ ਜਿੰਦਾਬਾਦ 20 ਸੈਕਿੰਡ 20 ਸੈਕਿੰਡ ਰਹਿ ਗਏ ਉਸ ਤੋਂ ਬਾਅਦ ਅਸਮੋਚੀ ਲੱਕ ਪੜੇਗਾ 20ਆਂ ਸੈਕਿੰਡਾਂ ਤੋਂ 15 ਰਹਿ ਗਏ ਹੁਣੇ ਮੈਨੂੰ ਜਾਪਦਾ ਲੱਗਦਾ 10 ਰਹਿ ਗਏ ਆ ਲੱਗਦਾ 10 ਰਹਿ ਗਏ ਆ ਲੱਗਦਾ 10 ਰਹਿ ਗਏ ਆ 9 माशाल्लाह। रूल थोड़ा जा क्लियर हो जाए, मोची ने लक फड़े पांच मिनट तक अगर फैसला ना हो तो फिर पॉइंट तो फैसला होगा कुश्ती आमने सामने होगी सुन लो ਦੇਖੋ 5 ਮਿੰਟ ਕੁਸ਼ਤੀ ਹੋ ਗਈ ਇਹ ਲਾਸਟ 5 ਮਿੰਟ ਕੁਸ਼ਤੀ ਚੱਲਦੀ ਪਈ ਏ ਅਗਰ ਇਹਦੇ ਚ ਟੈਗ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਕੁਸ਼ਤੀ ਪੁਆਇੰਟ ਦੇ ਉੱਤੇ ਹੋਏਗੀ ਸੇਮ ਜਿਹੜਾ ਫ੍ਰੀ ਸਟਾਈਲ ਕੁਸ਼ਤੀ ਦਾ ਪੁਆਇੰਟ ਹੈ ਉਹਦੇ ਉੱਤੇ ਕੁਸ਼ਤੀ ਹੋਏਗੀ ਤੇ ਜਿਹੜਾ ਪਹਿਲਵਾਨ ਫੜ ਕੇ ਦੂਸਰੇ ਨੂੰ ਅੱਗੇ ਰੱਖ ਲੇਗਾ ਉਹ ਜਿੱਤ ਜਾਏਗਾ ਇਹ 5 ਮਿੰਟ ਆਸਫ ਨੂੰ ਮੌਕਾ ਦਿੱਤਾ ਜਾਏਗਾ ਜੇ ਉਹਨੇ 5 ਮਿੰਟੇ ਚ ਜਾਨੀ ਨੂੰ ਢਾ ਲਿਆ ਤੇ ਠੀਕ ਏ ਜੇ ਜਾਨੀ ਨਿਕਲ ਕੇ 50 ਮਿੰਟ ਅਜੇ ਪਹਿਲੋ ਸਾਹਮਣੇ ਹੋ ਗਿਆ ਤੇ 30 ਮਿੰਟ ਤੱਕ ਮੰਨੇ ਸਾਹਮਣੇ ਕੁਸ਼ਤੀ ਹੋਏਗੀ ਤੇ ਉਸ ਤੋਂ ਬਾਅਦ ਪੁਆਇੰਟ ਜੀ ਇੱਕ ਬੰਨੇ ਜਾਨੀ ਪਹਿਲਵਾਨ ਪਾਕ ਪਾਕਿਸਤਾਨ ਵਾਪੜਾ 1100 ਕੇਵੀ ਦਾ ਵੱਡਾ ਟਰਾਂਸਫਾਰਮਰ ਸਦਕੇ ਦੂਜੇ ਬੰਨੇ ਆਸਮ ਮੋਚੀ ਪਹਿਲਵਾਨ ਪਾਕਿਸਤਾਨ ਆਰਮੀ ਅਲਖਾਲ ਟੈਂਕ ਟੱਕਰ ਵੱਡੀ ਟੱਕਰ ਵੱਡੀ ਆ ਗਿਆ ਜਾਨੀ ਤੋਂ ਹੰਤੇ ਜਾਨੀ ਤੋਂ ਹੰਤੇ ਜਾਨੀ ਨੇ ਪਾੜੇ ਅਸਮੋਚੀ ਤੋਂ ਤੇ ਅਸਮੋਚੀ ਤੋਂ ਤੇ ਮੇਰੇ ਮੁਰਸੇ ਜਨਾਬ ਆਮਰ ਖਾਨ ਸਾਹਿਬ ਕਹ ਰਹੇ ਨੇ ਨਾ ਗਲਤ ਲਈ ਜਾਣਾ ਪਟਿਆ ਅਸਮੋਚੀ ਤੋਂ ਤੇ 5 ਮਿੰਟ ਬਾਅਦ ਅਗਰ ਫੈਸਲਾ ਨਾ ਹੋਇਆ ਫ੍ਰੀ ਸਟਾਈਲ ਰੈਸਲਿੰਗ ਦੇ ਅਕੋਰਡਿੰਗਲੀ ਪੁਆਇੰਟ ਤੇ ਫੈਸਲਾ ਹੋਏਗਾ ਕੁਸ਼ਤੀ ਆਪਨੇ ਸਾਹਮਣੇ ਹੋਏਗੀ ਜੀ ਇਧਰ ਵੇਖੋ ਇੱਕ ਵਾਰੀ ਫੇਰ ਜਿਵੇਂ ਕਮਾਨੀਨ ਚੌਥੀ ਅਸ਼ੇ ਸਤਾਰ ਸਾਹਿਬ ਤੁਹਾਨੂੰ ਦੱਸਦੇ ਪਿਆ ਸਨ ਕਿ ਦੂਸਰੇ 5 ਮਿੰਟ ਮੋਚੀ ਪਹਿਲਵਾਨ ਦੇ ਕੋਲ ਤੇ ਆ ਅਗਰ ਫੈਸਲਾ ਨਹੀਂ ਹੁੰਦਾ ਤੇ ਫਿਰ ਬਿਲ ਆਮਣੇ ਸਾਹਮਣੇ ਕਰੀ ਐਂਜੀ ਐਫਰੀ ਜੀ ਐਂਜੀ ਐਫਰੀ ਜੀ ਆਹ ਵੇਖੋ ਆਹ ਵੇਖੋ ਜਾਂਗੀ ਨੂੰ ਹੱਥ ਪਾ ਕੇ ਖਿੱਚਾ ਮਾਰਦਾ ਪਿਆ ਮੋਚੀ ਪਹਿਲਵਾਨ ਰਿਆਸਤੀਆਂ ਦੇ ਦਿਲ ਤੱਕ 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 ਕਰਦੇ ਪਏ ਆ ਕਿ ਕੀ ਹੁੰਦਾ ਫੈਸਲਾ ਇੱਥੇ ਲੱਗਣਾ ਜੋ ਪਤਾ ਹਏ ਟੋਲ ਟੋਲ ਨਾਈ ਟੋਲ ਨਾਈ ਟੋਲ ਨਾਈ ਟੋਲ ਟੋਲੇ ਟੋਲ ਨਹੀਂ ਯਾਰ ਕੀ ਕਰਨਿਓ ਇੱਥੇ ਹੁਣਾ ਫੈਸਲਾ ਚੌਧਰੀ ਅਛਾ ਸਰਤਾਰ ਸਾਹਿਬ ਆਪੇ ਚੈੱਕ ਕਰ ਲੈ ਗਰਾਉਂਡ ਰਿਪੋਰਟ ਨਹੀਂ ਹਏ 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 ਤਾੜੀਆਂ ਤਾੜੀਆਂ ਦਾਰੀਆਂ ਆਪੇ ਚੈੱਕ ਕਰ ਲੈ ਗਰਾਉਂਡ ਰਿਪੋਰਟ ਨਹੀਂ ਲੀਡ ਵਿੱਚ ਸਾਡੇ ਸਰਪੰਚੀ ਤੇ ਵੋਟ ਨਹੀਂ ਖੁੱਲਾ ਬਿੱਲੋ ਖਾਈ ਦਾ ਤੇ ਰੱਜ ਕੇ ਹੰਡਾਈ ਦਾ ਨੀਲੀ ਛੱਤ ਵਾਲੇ ਕਦੀ ਆਉਣ ਦੀ ਦਿਲ ਟੋਟ ਨਹੀਂ ਆਪੇ ਚੈੱਕ ਕਰ ਲੈ ਗਰਾਉਂਡ ਰਿਪੋਰਟ ਨਹੀਂ ਜਾਨੀ ਦੇ ੱੱਕੇ ਇਸ ਟਾਈਮ ਔਰ ਮੋਚੀ ਦੀਆਂ ਖਿੱਚਾ ਇਧਰ ਲੱਗਣਾ ਜੋ ਪਤਾ ਆਖਰੀ 5 ਮਿੰਟਾਂ ਦੀ ਖੇਡ 2 ਮਿੰਟ ਰਹਿ ਗਏ 2 ਮਿੰਟ ਬਾਕੀ 2 ਮਿੰਟ ਰਿਮੇਨਿੰਗ ਓਨਲੀ 2 ਮਿੰਟਸ ਓਨਲੀ 2 ਮਿੰਟਸ ਓਨਲੀ 2 ਮਿੰਟਸ ਦਾ ਮਤਲਬ ਹੁੰਦਾ ਜੇ ਕਦੇ ਸਕੂਲ ਨਹੀਂ ਗਏ ਸਿਰਫ 2 ਮਿੰਟ ਰਹਿ ਗਏ ਜੋ 2 ਮਿੰਟ ਰਹਿ ਗਏਓ ਭਾਈਓ ਤਾੜੀ ਬਣਦੀ ਆ ਇੱਥੇ ਇੱਕ ਵਾਰੀ ਤੇ ਮਾਰੋ ਜੇ ਤਾੜੀ ਦਾ ਪੁੱਤਰਾਂ ਨੂੰ ਸਾਹਮਣੇ ਰੱਖ ਕੇ ਮਾਰ ਦਿਓ ਪੁੱਤਰਾਂ ਦੀ ਤਾੜੀ ਦਲੇਰੀ ਕਰੋ ਮਾਰੋ ਤਾੜੀ ਸਦਕੇ ਜਿੰਦਾਬਾਦ ਜਿੰਦਾਬਾਦ ਚੌਥੀ ਅਸ਼ੇਰ ਸਤਾਰ ਸਾਹਿਬ ਫਤਹ ਹੋ ਗਈ ਆ

ਜਾਨੀ ਪਹਿਲਵਾਨ ਵਾਹ ਸਮਾਜੀ ਬੋਦਰ ਛੇ ਜੀ ਔਰ 14 ਛੇ 14 ਛੇ ਉ ਵਾ ਵਾ ਤਰਾ ਮਾਰ ਦੋ ਤਾੜੀਆਂ ਚੌਧਰੀ ਅਸ਼ੇਰ ਸਤਾਰ ਸਾਹਿਬ ਅੱਜ ਪੂਰੀ ਦੁਨੀਆ ਚ ਮੈਸੇਜ ਵੀ ਜਾ ਰਿਹਾ মিডিਆ ਦੇ ਰਾਹੀਂ 30 ਸੈਕਿੰਡ 30 ਸੈਕਿੰਡ 28 ਸੈਕਿੰਡ 30 ਸੈਕਿੰਡ ਬਾਕੀ 25 ਹੀ ਰਹਿ ਗਏ ਜੀ 25 ਸੈਕਿੰਡ 25 22 ਸੈਕਿੰਡ ਰਹਿ ਗਏ ਨੇ 20 ਸੈਕਿੰਡ ਰਹਿ ਗਏ ਬਕਾਇਆ ਜੀ 20 ਸੈਕਿੰਡ 15 ਸੈਕਿੰਡ ਭਾਈ ਦੇ ਕੋਲ ਭਾਈ ਦੇ ਕੋਲ ਟਾਈਮ ਆ ਯਾਰ ਟਾਈਮ ਦੇ ਬਾਰੇ ਕਲੀਅਰੈਂਸ ਨਹੀਂ ਹੈ ਵਰਸਾ ਸਾਹਿਬ ਦੇ ਰਹੇ ਨੇ ਉੱਤੇ ਹੀ ਨੇ ਤੋਣ ਵਾਲੇ ਪਾਸੇ ਕੁੰਡਾ ਅਸਮੋਚੀ ਕਿੰਨੇ ਸੈਕਿੰਡ ਕਿੰਨੇ ਪੰਜ ਪੰਜ ਸੈਕਿੰਡ ਬਾਕੀ ਪੰਜ ਸੈਕਿੰਡ 4 3 2 ਸਟਾਪ ਪੁਆਇੰਟ ਜੇ ਬੰਦੇ ਪਿਛਾਂ ਸਰ ਬੰਦੇ ਪਿਛਾਂ ਬੰਦੇ ਪਿਛਾਂ ਬੰਦੇ ਪਿਛਾਂ ਸਿਕਿਉਰਟੀ ਟਾਈਟ ਪੰਜਾਬ ਪੁਲਿਸ ਜਿੰਦਾਬਾਦ ਬਹੁਤ ਸ਼ੁਕਰੀਆ ਪੰਜਾਬ ਪੁਲਿਸ ਕੋ ਬਹੁਤ ਜ਼ਿਆਦਾ ਇਖਤਿਆਰਾਤ ਨੇ ਔਰ ਡਾਕਟਰ ਅਸਫ ਤਫੈਲ ਸਾਹਿਬ ਯਕੀਨਨ ਸੋਸ਼ਲ ਮੀਡੀਆ ਰਾਹੀਂ ਔਰ ਪੰਜਾਬ ਸਪੋਰਟਸ ਬੋਰਡ ਦੇ ਚੈਨਲ ਰਾਹੀਂ ਪੂਰੀ ਦੁਨੀਆ ਚ ਮੈਸੇਜ ਜਾ ਰਿਹਾ ਕਿ ਪਾਕਿਸਤਾਨ ਅਮਨ ਦਾ ਮੁਲਕ ਹੈ ਪਾਕਿਸਤਾਨ ਮੁਹੱਬਤ ਦਾ ਮੁਲਕ ਹੈ ਔਰ ਪਾਕਿਸਤਾਨ ਦੇ ਗਰਾਊਂਡ ਆਬਾਦ ਨੇ ਪਾਕਿਸਤਾਨ ਦੇ ਲੋਕ ਖੇਡਾਂ ਵੇਖਣਾ ਚਾਹੁੰਦੇ ਨੇ ਖੇਡਾਂ ਪ੍ਰਮੋਟ ਕਰਨਾ ਚਾਹੁੰਦੇ ਨੇ ਜਿੰਦਾਬਾਦ ਜੀ ਕੁਝ ਨਾਲ ਹੋਇਆ ਜੀ ਕਾਲਾ ਪਹਿਲਵਾਨ ਸੱਜਣ ਨਾਲ ਰੈਸਿੰਗ ਹੁਣ ਕੁਸ਼ਤੀ ਪੁਆਇੰਟ ਤੇ ਮੈਡ ਵਾਲੀ ਕੁਸ਼ਤੀ ਹੋਏਗੀ ਪੁਆਇੰਟ ਤੇ ਜਿਹੜਾ ਅਗੇ ਰੱਖ ਕੇ ਤਿੰਨ ਹਿੱਸੇ ਜਿਸਮ ਦੇ ਲੱਗ ਜਾਣਗੇ ਉੱਪਰ ਵਾਲਾ ਜਿੱਤੇਗਾ ਇਹ ਮੈਡ ਵਾਲੀ ਕੁਸ਼ਤੀ ਇਹ ਪੁਆਇੰਟ ਤੇ ਕੁਸ਼ਤੀ ਆ ਗਈ ਜੀ ਕਿਉਂ ਜੀ ਰਾਜੂ ਪਹਿਲਵਾਨ ਜੀ ਗੁਜਰਾ ਲਿਓ ਪੁਆਇੰਟ ਤੇ ਕੁਸ਼ਤੀ ਆ ਗਈ ਏ ਜਿਹੜਾ ਪਹਿਲਵਾਨ ਨੂੰ ਥੱਲੇ ਰੱਖ ਲੇਗਾ ਜਿਹਦੇ ਜਿਸਮ ਦੇ ਤਿੰਨ ਪਾਰਟ ਲਗੇਗਾ ਹਰੀ ਦੇਗਾ ਕੀ ਬਾਤੇ ਪਿੰਟ ਤੇ ਜੀ ਜਿਹੜਾ ਪੁਆਇੰਟ ਲੈ ਆ ਗਿਆ ਜਿੰਨੇ ਫੜ ਕੇ ਅੱਗੇ ਸੁੱਟ ਲਿਆ ਬਾ ਕਾਲਾ ਜੀ ਉਹ ਲੈ ਗਿਆ ਬਾਜੀ ਇਹ ਵੇਖੋ ਕੌਣ ਜਿੱਤਦਾ ਬਾਜੀ ਕਿਹਦੇ ਖਾਤੇ ਜਾਂਦੀ ਆ ਇਹ ਮੈਦਾਨ ਕਰੇਗਾ ਫੈਸਲਾ ਪਰ ਲੱਗੇਗਾ ਪਤਾ ਲੱਗੇਗਾ ਪਤਾ ਲੱਗੇਗਾ ਪਤਾ ਕਹਿੰਦੇ ਆ 54 ਦਾ ਗੰਨਾ ਸਾਂਝਾ ਬੰਨਾ ਤੇ ਬੰਦਾ ਅੰਨਾ ਏ ਧਿਆਨ ਨਾਲ ਵਰਤੋ ਓ ਓ ਏ ਜਿਹੜਾ ਟਾਕ ਮਾਰ ਗਿਆ ਜਿਹੜਾ ਸੁੱਟ ਗਿਆ ਜਿਹੜਾ ਸੁੱਟ ਗਿਆ ਜੀ ਮੋਚੀ ਜੀ ਮੋਚੀ ਜੀ ਜਾਨੀ ਜੀ ਮੋਚੀ ਤੇ ਜਾਨੀ 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 ਸਦਕੇ 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 ਕੌਣ ਕਰੇਗਾ ਦਿਲ ਦੇ ਦੀ ਯਾਦ ਤਾਜ਼ਾ ਅਹਿਮਦ ਖਰਲ ਦੇ ਵਾਂਗ ਦਲੇਰ ਕਿਹੜਾ ਮੋਚੀ ਜਾਨੀ ਮੋਚੀ ਜਾਨੀ ਆਜੋ ਇਧਰ ਆਜੋ ਇਧਰ ਆਜੋ ਇਧਰ ਆਜੋ 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 ਸਾਹਮਣੇ ਆਜੋ ਭਾਈ 1 ਮਿੰਟ ਰਹਿਣ ਦੋ ਹੁਣ ਰਹਿਣ ਦੋ ਜੀ ਮੋਚੀ ਚੁੱਕਣ ਦੋ ਜਾਣ ਦੋ ਕਿਸੇ ਬੰਦੇ ਗੱਲ ਲਈਏ ਮੋਚੀ ਲਾ ਜੀ ਤਾੜੀ ਬਣਦੀ ਆ ਤੂੰ ਵੀ ਮਾਰਦੇ ਤਾੜੀਆਂ ਮਾਰ ਤਾੜੀਆਂ ਸ਼ੇਰੋ ਮਾਰੋ ਤਾੜੀਆਂ ਜ਼ਰਾਕ जी मोची मोची ते जानी मोची ते जानी चौधरी अक्षर अच्छा सतार साहब देख लो आज फता आज देख लो रेसलिंग जीत गई देसी कुश्ती जीत गई मैदान जीत गया पंजाब स्पोर्ट्स बोर्ड जीत गया आ बंदे पीछे सिक्योरिटी बंदे पीछे बंदे पीछे प्लीज 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 यू कैन गो आप जा सकते हैं इधर से प्लीज चल भाई मोची मोची ਮੋਚੀ ਆਸਬ ਮੋਚੀ ਤੇ ਜਾਨੀ ਸਈਓਨੀ ਮੇਰੇ ਦਿਲ ਦਾ ਜਾਨੀ ਹੱਤਾਂ 'ਚ ਪੈ ਗਏ ਹੱਥ ਕੁੰਡੀਆਂ ਦੇ ਫਸ ਗਏ ਸਿੰਘ ਹੁਣ ਨਿਕਲੂ ਫੜੇਵੇਂ ਖਾਣੀ ਸਦਕੇ ਸਦਕੇ ਪਹਾੜ ਦੇ ਨਾਲ ਪਹਾੜ ਦੀ ਹੋ ਗਈ ਟੱਕਰ ਆਖਰ ਤੇ ਸ਼ੇਕਰ ਤੇ ਗੱਲ ਲੱਪੜ ਗਈ ਆ ਬੱਲੇ ਬੱਲੇ ਹੋ ਗਈ ਆ ਮੈਦਾਨ ਕਰਨ ਲੱਗਾ ਜੋ ਫੈਸਲਾ ਰਸਤੇ ਮੇ ਪਾਕਿਸਤਾਨ ਦਾ ਏ ਹਾਏ ਰਣਾਮ ਜੀ ਦੀ ਕਮਾਲ ਸਾਹਿਬ ਨਜ਼ਾਰਾ ਕਰਿਓ ਡਾਕਟਰ ਆਸਫ ਤਫੈਲ ਸਾਹਿਬ ਨਜ਼ਾਰਾ ਕਰਿਓ ਮੁਹੰਮਦ ਅਮੀਰ ਸਾਹਿਬ ਸਵਾਦ ਲਿਓ ਲਿਓ ਮਜ਼ਾ ਲਿਓ ਪਾਸ਼ਾਹ ਖੋਏ ਵਾਲੇ ਸਾਹਿਬ ਸਵਾਦ ਲਿਓ ਮਜ਼ਾ ਲਿਓ ਲਿਓ ਮਜ਼ਾ ਅਮਰ ਪਹਿਲਵਾਨ ਜੀ ਵੇਖੋ 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 ਤਰਤੀ ਹਿਲਦੀ ਵੇਖੋ ਸ਼ੇਰਾਂ ਦੇ ਨਾਲ ਮੱਥੇ ਪਹਾੜਾਂ ਦੇ ਵੇਖ ਲੋ ਮੈਦਾਨ ਲੱਗ ਗਿਆ ਜੋ ਵੱਡਾ ਸਦਕੇ 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 ਜ਼ਿੰਦਾਬਾਦ ਜੀ ਕਿ ਜਿੰਨਾ ਪਾਣੀਆਂ ਚ ਲਾਉਣ ਲੋਕੀ ਤਾਰੀਆਂ ਉਹ ਪਾਣੀ ਅਸਾਂ ਪੀਤੇ ਹੋਏ ਨੇ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਨੇ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਨੇ ਜਾਨੀ ਦਿਲ ਦਾ ਜਾਨੀ ਅਨਾਮਪੱਟ ਰਸਤਮੇ ਦੁਨੀਆ ਦਾ ਰਸਤਮ ਇੰਟਰਨੈਸ਼ਨਲ ਰੈਸਲਰ ਮੇਰੀ ਸਟੇਜ ਦੇ ਉੱਤੇ ਆਇਦਰ ਵੇਖ ਲੋ ਉਸਤਾਦਾਂ ਦੀ ਗੱਲ ਸੁਣੋ ਉਸਤਾਦ ਕਿਆ ਕਹਿੰਦੇ ਆ ਬਾਤ ਸੁਣੋ ਉਸਤਾਦਾਂ ਦੀ ਪਲੀਜ਼ ਕਿ ਨੋ ਸਿੰਧ ਆਬਾਦੀ ਸਦਕੇ ਸਦਕੇ ਜਾਨੀ ਜਾਨੀ ਤੇ ਆਸਮ ਮੋਚੀ ਤੋਂ ਤੇ ਉਹ ਉਹ ਫੈਸਲਾ ਨੇੜੇ ਫੈਸਲਾ ਨੇੜੇ ਕੁੱਚਾਂ ਚ ਹੱਤ ਕੁੱਚਾਂ ਚ ਹੱਤ ਪਰ ਜਾਨੀ ਕਹਿੰਦਾ ਨਹੀਂ 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 ਐਸੇ ਨਹੀਂ ਉਸਤਾਦਾਂ ਦੇ ਦਬਕੇ ਹੱਥੀਂ ਦਿੱਤੇ ਸਦਕੇ ਤੇ ਖਾਦੇ ਆ ਬਟਪਕੇ ਜੀ बालो रियासत वालों लट्टा बालों में दिया ओ रियासत वालों रियासत वालों देख लो देख लो मोची जाननी कहता नहीं जाननी ते मोची जाननी ते मोची जाननी ते मोची ओ जाननी जाननी अभी नहीं अभी नहीं अभी नहीं अभी टाइम है अभी टाइम है अभी टाइम है जाननी ते मोची जाननी रुस्तम पाकिस्तान मोची जाननी जाननी रुस्तम पाकिस्तान जाननी जानी 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 रुस्ती में पाकिस्तान जानी छत्ता दो जानी अनाम बाटे अनाम बाट जी अनाम बाट राजी जानी पहलवान रुस्त में पाकिस्तान जानी पहलवान रुस्त में पाकिस्तान जानी पहलवान रुस्त में पाकिस्तान जानिया जानी पहलवान जानिया वे जानिया वे जानिया ਜੀ ਜਾਨੀ ਇਧਰ ਜਾਨੀ ਇਧਰ ਆਓ ਉਸਤਮੇ ਪਾਕਿਸਤਾਨ ਸਾਡੀਆਂ ਤਾਰਾਂ ਨਾ ਖਿੱਚੋ ਸ਼ਾਜੀ ਤੁਸੀਂ ਆਪਣੇ ਰਾਸ ਤੇ ਜਾਓ